ਕਹਿੰਦੇ ਪੈਸੇ ਸੁੱਟ ਮੈਂ ਕਿਹਾ ਪਾਨ ਬਾਜੇ ਵਾਲਾ ਸਾਰੇ ਨਿਕਲ ਗਏ ਜਾਂਦਾ ਕਹਿੰਦੇ ਇੱਕ ਮੈਨੂੰ 100 ਫੜਾ ਗਿਆ ਤੈਨੂੰ ਕਹਿ ਜਨਾਨੀ ਲੈ ਕੇ ਆ ਤੂੰ ਆਪਣੇ ਵਜਾਵਣ ਵਾਸਤੇ ਵਾਜਾ ਲੈ ਜਨਾਨੀ ਲੈਣ ਗਿਆ ਸਾਂ ਤੁਹਾਡੀ ਕੁੰਡੀ ਬੰਦ ਸੀ ਤੂੰ ਆਪਣੇ ਵੱਲੋਂ ਫੱਦੀ ਲਿਆਉਣੀ ਸੀ ਉਹਨੇ ਉਹਨੂੰ ਕਿੱਥੇ ਭੇਜੀ ਫੱਦੀ ਕੀ ਹੁੰਦੀ ਹੈ ਜਾ ਕੇ ਮੇਰੇ ਆਪੇ ਨੂੰ ਲੈ ਗਿਆ ਖਾਨਾ ਖਰਾਬਾ ਜਾਂਗ ਲਈ ਆ ਜਿਆ ਕਿਹੜਾ ਫੈਸਲਾਬਾਦ ਵਾਲਾ ਜਾਂ ਸਨੇਹਟ ਵਾਲਾ ਹੁਣ ਤੇ ਸਨੇਹਟ ਵਾਲਾ ਹੀ ਲਿਆ ਹੁਣ ਚਨੇ ਉਹਨੇ ਪੀਤੀ ਧਿਆਨ ਨਾਲ ਲਿਆਈ ਉਹਨੇ ਪੀਤੀ ਹੈ ਪਰ ਤੂੰ ਫਿਰ ਆਪ ਲਿਆ ਤੂੰ ਤਾਂ ਆਦੀ ਹੈ ਤੇ ਮੈਂ ਬਣਾਉਂਦਾ ਆ ਗਿਆ ਜਾਂ ਬੱਚੀ ਲੈ ਗਿਆ ਘਰੋਂ ਲਿਆਣੀ ਹੈ ਹੁਣ ਪੁੱਛਣਾ ਸਾਲਿਆ ਹੁਣ ਪੁੱਛਣਾ ਸਾਲਿਆ ਕਿਹੜੀ ਲਿਆਵਾਂ ਫੈਸਲਾਬਾਦ ਵਾਲੀ ਜਾਂ ਜੜਾਂ ਵਾਲੀ ਮੈਨੂੰ ਕਹਿ ਰਹੇ ਹੋ ਆਪਣੇ ਘਰੋਂ ਲੈ ਕੇ ਆਵਾਂ ਤੁਸੀਂ ਕੀ ਸਮਝਿਆ ਮੈਂ ਨਹੀਂ ਕੋਸ਼ਿਸ਼ ਕੀਤੀ ਹੋਣੀ ਉਹ ਟਾਈਮ ਦੂਰ ਬੜਾ ਰਸ਼ ਬੜਾ ਉਹ ਲੈ ਆਵਾਂ ਤੇ ਸਾਡੇ ਕਿਹੜੇ ਕੰਮ ਨੇ ਉਹ ਬੁਲਾ ਓਏ ਅੱਬਾ ਬੁਲਾ ਕੱਪੜੇ ਧਵਾ ਕਰਾਂਗੇ ਆਓ ਕੀ ਬਾਤ ਹੈ ਭਾਈ ਹਰ ਕੋਟ ਵਾਲਿਆ ਕੀ ਬਾਤ ਆ ਜਾਓ ਜੀ ਆ ਜਾਓ ਮੈਨੂੰ ਚੂੜੀਆਂ ਵੱਡੀਆਂ ਨੇ ਮੈਂ ਸਿਰਫ ਚੈੱਕ ਕੀਤਾ ਬੱਚੀ ਠੀਕ ਹੈ ਜਾਂ ਗਲਤ ਹੈ ਲੇਕਿਨ ਕੁਆਲਿਟੀ ਹੈ ਫਿਰ ਗਲਤ ਨਿਕਲੀ ਅੱਲਾ ਦਾ ਸ਼ੁਕਰ ਹੈ ਮੈਨੂੰ ਤੇ ਦੂਰੋਂ ਵੇਖ ਕੇ ਲੋਕ ਦੱਸ ਦਿੰਦੇ ਨੇ ਕਿ ਬੱਚੀ ਗਲਤ ਹੈ ਜਾਨੂ ਜੀ 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 ਮੈਨੂੰ ਮਾਫ ਕਰ ਦਿਓ ਜਾਨੂ ਜੀ ਇਸ ਗੱਲ ਤੋਂ ਜੀ ਅੱਬੂ ਜੀ ਨੇ ਤੇ ਮੈਨੂੰ ਚੁੰਡੀਆਂ ਵੱਡੀਆਂ ਨੇ ਕੋਈ ਨਹੀਂ ਖੈਰ ਮੇਰੇ ਕੋਲੋਂ ਹੀ ਗਲਤੀ ਹੋ ਗਈ ਹੈ ਦੱਸੋ ਮੈਂ ਤੇ ਤੁਹਾਨੂੰ ਸਮਝ ਕੇ ਅੱਬੂ ਜੀ ਦਾ ਹੱਥ ਕੁੱਟਦੀ ਰਹੀ ਹਾਂ ਤੂੰ ਹੀ ਦੱਸ ਦੇ ਮੈਂ ਕਿਹਾ ਛੋਟਾ ਸਵਰ ਕਿੰਨਾ ਘੁੱਟ ਲੇਗੀ ਉਹ 5-5 ਮਿੰਟ ਵੀ ਨਹੀਂ ਆਉਣੇ ਰਸ਼ ਤਾਂ ਕਿੰਨਾ ਬੜਾ ਹੈ ਮੈਨੂੰ ਪਤਾ ਹੈ ਸ਼ਕਲਾਂ ਵੇਖ ਕੇ ਦੱਸਦਾ ਸੀ ਤੁਸੀਂ ਕੌਣ ਲੋਕ ਹੋ ਮੈਂ ਆ ਗਈ ਹਾਂ ਇਨਸ਼ਾਅੱਲਾ ਤਾਲਾ ਤੁਹਾਡੀਆਂ ਉਮੀਦਾਂ ਤੇ ਪੂਰੀ ਉਤਰਾਂਗੀ ਮੈਂ ਕਿਹੜਾ ਘੱਟ ਆ ਮੈਂ ਕਿਦੋਂ ਰਿਸਪੌਂਸ ਦੇਣ ਤੋਂ ਬਾਅਦ ਆਨੀ ਅਸੀਂ ਵੀ ਇਸੇ ਵਾਸਤੇ ਤੈਨੂੰ ਲੈ ਕੇ ਆਂਦਾ ਤੁਹਾਨੂੰ ਸ਼ਰੀਫ ਸਾਨੂੰ ਸ਼ਰੀਫ ਕੁੜੀਆਂ ਦਾ ਘਾਟਾ ਸੀ ਕਿੱਥੇ ਕੋਈ ਤੁਹਾਡੀਆਂ ਕਦੋਂ ਸ਼ਰੀਫ ਨੇ ਨਹੀਂ ਸਾਡੀਆਂ ਪਾਨ ਖਾਂਦੀਆਂ ਦੰਦ ਖਰਾਬ ਨੇ ਇਸ ਵਾਸਤੇ ਲੈ ਜਾਂਦਾ ਕੋਈ ਨਹੀਂ ਤੁਸੀਂ ਫਰੈਸ਼ ਪੀਸ ਹੋ ਨਵਾਂ ਜਪਾਨੀ ਫਲ ਕਿਉਂ ਆਪਾਂ ਹੁਣ ਆ ਗਈ ਨਾ ਸਾਡੀਆਂ ਵੀ ਨਿਕਲ ਜਾਣਗੀਆਂ ਕਾਰੀਗਰੀ ਏਡੀ ਹੈ ਭਾਈ ਜਾਨੂ ਜੀ ਇਹ ਕੌਣ ਬੋਲਣ ਡਿਆ ਹੈ ਇਹ ਕੋਈ ਜਿਨ੍ਹਾਂ ਦਾ ਹੱਥ ਕੁੱਟਦੇ ਰਹੇ ਹੋ ਤੁਸੀਂ ਅੱਜ ਨਾਲ ਤੁਹਾਡਾ 1000-2000 ਬਣ ਚੁੱਕਿਆ ਹੋਇਆ ਅੱਬੂ ਜੀ ਨੇ ਅੱਬੂ ਜੀ ਆ ਜਾ ਸੋਫੇ ਤੇ ਆ ਜਾ ਸੋਫੇ ਤੇ ਆ ਜਾ ਬੇਟਾ ਪਰਦਾ ਲਾ ਦੇ ਅਸੀਂ ਨੰਗੇ ਖਲੋਤੇ ਆ ਅੱਬੂ ਜੀ ਅੱਬੂ ਜੀ ਅੱਬੂ ਜੀ ਜਾਨੂ ਤੇ ਸੋਫੇ ਤੇ ਆ ਜਾ ਸੋਫੇ ਤੇ ਅੱਬੂ ਜੀ ਕਿੱਥੇ ਆ ਜਾ ਸੋਫੇ ਤੇ ਆ ਜਾ ਨਾ ਕਿੱਥੇ ਪਹਿਲਾਂ ਹਾਲ ਤੇ ਆਓ ਨਾ ਤੂੰ ਤਾਂ ਕਹਿੰਦੀ ਹੈ ਮੈਂ ਆਂਦੇ ਕੰਮ ਤੇ ਖਲੋ ਜਾਵਾਂ ਆ ਜਾ ਬੜਾ ਟਾਈਮ ਹੈ ਜੀ ਤੂੰ ਮੈਨੂੰ ਨਹੀਂ ਜਾਣਦਾ ਮਤਾ ਸਮਝੇ ਮੈਂ ਕੋਈ ਵੋਟੀ ਆ ਆਮ ਜਈ ਖਾਨਾ ਖਰਾਬਾ ਮੈਂ ਤੇ ਇੰਜੇ ਪਿੱਛੇ ਹਲਾ ਦੇਣਾ ਹੱਥ ਲਾ ਕੇ ਬਹਾ ਹਾਂ ਚਲੋ ਠੀਕ ਹੈ ਅੱਛਾ ਠੀਕ ਕੁਛ ਨਹੀਂ ਭਾਈ ਮੇਰੀ ਵਾਰੀ ਆਵੇ ਤਾਂ ਮੈਂ ਇੱਥੇ ਹੀ ਬੈਠਾ ਬਾਅਦ ਮੈਨੂੰ ਕਹਵਾ ਵੀ ਤੂੰ ਚਲਾ ਗਿਆ ਸਰ ਤੂੰ 12ਵਾਂ ਖਿਲਾੜੀ ਤਾਂ ਤੌਲੀਆ ਸਾਬਣ ਲਿਆਉਣੇ ਬੈਠੋ ਜੀ ਬੈਠੋ ਹੋਰ ਸਭ ਠੀਕ ਬੈਠੋ ਆ ਬੈ ਵੀ ਜਾ ਤੇਰੀ ਦੀ ਵੀ ਹੋਣੀ ਹੁੰਦੀ ਹੈ ਦੱਸ ਦਿਆਂ ਬੈਠੋ ਬੈਠੋ ਮੈਂ ਸਵੇਰੇ ਆ ਜਾਣਾ ਮੇਰੀ ਖੈਰ ਮੇਰਾ ਵਿਆਹ ਮੇਰਾ ਵਿਆਹ ਕਹਿੰਦਾ ਕੋਈ ਨਹੀਂ ਆਇਆ ਨਹੀਂ ਬੈਠੋ ਕੁਛ ਨਹੀਂ ਹੁੰਦਾ ਬੈਠੋ ਉਹ ਖੁਦਾ ਦੀ ਕਿਸੇ ਨੇ ਗੁੱਸੇ ਨੇ ਨਹੀਂ ਕਹਿ ਰਿਹਾ ਉਹ ਬੇਟਾ ਬੈਠ ਜਾਵਾਂ ਅੱਛਾ ਨਹੀਂ ਲੱਗਦਾ ਉੱਠ ਤੂੰ ਕਹਿੰਦਾ ਅੱਛਾ ਨਹੀਂ ਲੱਗਦਾ ਕੋੜਾ ਉੱਠ ਜਾ ਸਾਲਿਆ ਲੱਗਦਾ ਨਾਲ ਕੁੱਤਾ ਲੈ ਕੇ ਆਈ ਮੇਰੇ ਪਿੱਛੇ ਪਿਆ ਰਵੀ ਮੇਰੇ ਪਿੱਛੇ ਪਿਆ ਰਵੀ ਮੇਰਾ ਮੇਰਾ ਤਾਂ ਪਤਾ ਵੀ ਨਹੀਂ ਜੇ ਲੱਗਣਾ ਅੰਦਰ ਜਾ ਸਾਨੂੰ ਆਪਾਂ ਕੰਜਰੀ ਸਮਝਿਆ ਹੋਇਆ ਵੈਸੇ ਉੱਠ ਵੋ ਕੋਈ ਨਹੀਂ ਹੁੰਦਾ ਬੇਟਾ ਉੱਠ ਬੜੀ ਨਾਰਾਜ਼ ਨਹੀਂ ਹੋਈ ਦੰਦਾ ਦੁਲਨ ਜੀ ਹਾਂ ਸਿਗਰਟ ਲਾਉਂ ਪੱਕਾ ਨਹੀਂ ਜਾਨੂ ਜੀ ਮੈਂ ਪੀ ਕੇ ਆਈ ਆ ਮਾਸ਼ਾਅੱਲਾ ਲੱਗਦਾ ਪੁਲ ਥੱਲੇ ਲਿਆ ਕੇ ਲਿਆਏ ਸੀ ਕੀ ਪੀ ਕੇ ਆਇਆ ਜਹਾਜ਼ ਹੀ ਆ ਗਿਆ ਮੇਰਾ ਜਹਾਜ਼ ਹੀ ਆ ਗਿਆ ਨਹੀਂ ਜਾਨੂ ਜੀ ਮੈਂ ਅੱਬੂ ਜੀ ਸਿਗਰਟ
ਅੱਛਾ ਬਸ ਇਹੀ ਪੀਤਾ ਹੈ? ਹਾਂ ਜੀ ਸਾਦਾ ਨਹੀਂ ਪੱਕਾ ਪੀਤਾ ਹੈ। ਆ ਪੱਕਾ ਹੀ ਪੀਣਾ ਚਾਹੀਦਾ, ਅੰਦਰ ਜਾ ਕੇ ਕੱਚਾ ਆ ਜਾਂਦਾ ਨਾ। ਜਾਨੂ ਜੀ ਬੈਠੋ, ਸਵੇਰੇ ਆ ਜਾਂਦਾ। ਜਾਨੂ ਜੀ ਮੈਨੂੰ ਮਾਫ਼ ਕਰ ਦਿਓ। ਮੈਨੂੰ ਕਿਹੜਾ ਕਿਸੇ ਨੂੰ ਮਨਾ ਕਰਨਾ। ਉੱਠ ਨਾ ਬਾਬਾ, ਬਸ ਮੇਰਾ ਵਿਆਹ ਹੋ ਗਿਆ, ਹੁਣ ਦੁਆ ਕਰ ਅੱਲਾ ਮੈਨੂੰ ਭਰਾ ਦੇ ਦੇਵੇ। ਉੱਠ ਯਾਰ, ਮੈਂ ਸਵੇਰੇ ਆ ਜਾਣਾ। ਚਲੋ ਫਿਰ ਆ ਜਾਈ, ਮੇਰਾ ਮਤਲਬ ਕਿ ਬੱਚੀ ਪਰੇਸ਼ਾਨ ਨਾ ਹੋਵੇ ਨਾ। ਹਾਂ ਡਾਰਲਿੰਗ ਜੀ। ਜਾਨੂ ਇਹ ਮੇਰਾ ਪਾਪਾ ਹੈ। ਅੱਛਾ ਇਹ ਤੁਹਾਡੇ ਅੱਬੂ ਜੀ? ਬਸ ਪੀਤੀ ਇਹਨੇ ਜ਼ਰਾ ਪਤਾ ਨਹੀਂ ਲੱਗ ਰਿਹਾ। ਤੁਸੀਂ ਪੀਂਦੇ ਹੋ? ਹਾਂ ਜੀ ਸ਼ਰਾਬ। ਅੱਬੂ ਜੀ ਸ਼ਰਾਬ ਨਾਲ ਨਾ ਫੇਫੜੇ ਖਰਾਬ ਹੋ ਜਾਂਦੇ ਨੇ। ਮੈਂ ਸੁਣੀ ਹੈ ਇਦਾਂ ਖਰਾਬ ਹੋ ਜਾਂਦਾ ਹੈ, ਇਨਸਾਨ ਦਾ ਅੰਦਰ ਖਰਾਬ ਹੋ ਜਾਂਦਾ ਹੈ। ਸ਼ਰਾਬ ਅਗਰ ਪੀਓ ਤੇ ਨਾਲ ਛੋਟਾ ਗੋਸ਼ ਖਾਇਆ ਕਰੋ। ਹਾਂ ਜੀ। ਮੇਰੇ ਪੁੱਤਰ ਨੇ ਮੱਛੀ ਖਾਧੀ, ਮੈਂ ਡੋਲੇ ਖਾਧੇ ਨੇ। ਅੱਜ ਇੱਥੇ 20-20 ਕਾਫੀ ਹੋਏਗਾ। ਅੱਛਾ ਉਹਨੇ ਮੱਛੀ ਖਾਧੀ ਐ, ਨੇ ਡੋਲੇ ਖਾਧੇ ਨੇ। ਹਾਂਜੀ ਮੈਂ ਨਹੀਂ ਮੱਛੀ ਖਾਧੀ, ਹਾਂ ਉਹ ਮੰਮੀ ਖਾ ਗਈ ਸੀ। ਕੋਈ ਗੱਲ ਨਹੀਂ ਪੁੱਤਰ, ਉਹਦੀ ਕਿਹੜਾ ਜ਼ਾਇਆ ਹੋਣੀ ਹੈ। ਅੰਦਰ ਦੁੱਧ ਦਾ ਗਲਾਸ ਪਿਆ ਹੈ। ਅੱਛਾ ਹਾਂ ਹੈ, ਥੈਂਕ ਯੂ। ਹਾਂ ਪੀਣਾ ਨਾ, ਮੈਂ ਆਪ ਪੀਣਾ। ਆਉਣੇ ਲੱਗ ਜਾਂਦੇ ਨੇ ਅੰਦਰ ਜਾਣਾ ਤੁਸੀਂ। ਆ ਜਾਓ ਆ ਜਾਓ ਆ ਜਾਓ। ਮਾਸ਼ਾਅੱਲਾ ਚੰਦ ਟੁੱਟਾ ਹੀ ਲੱਗ ਰਿਹਾ। ਅੱਛਾ ਅੱਬੂ ਜੀ ਹਾਂ, ਇਜਾਜ਼ਤ ਆ ਜਾਓ ਆ ਜਾਓ। ਇਜਾਜ਼ਤ ਤੂੰ ਕਿਹੜਾ ਬਾਰਡਰ ਤੇ ਚੱਲਣੀ ਹੈ? ਦੇਖੋ ਨਾ ਮੈਂ ਸਮਝੀ ਦਾ ਹੁੰਦਾ। ਸਾਈ ਜੀ ਕੀ ਹੋ ਗਿਆ, ਪਹਿਲੇ ਕਦੀ ਨੀ ਆਇਆ? ਚਲੋ ਮੈਂ ਅਸਲ ਪਾਰਟੀ ਮੈਂ ਆ, ਉਹ ਪ੍ਰਾਪਰਟੀ ਡੀਲਰ ਹੈ, ਪਲਾਟ ਦਾ ਮਾਲਕ ਮੈਂ ਆ। ਕਿਹੜੇ ਅੱਬੂ ਨਾਲ ਗੱਲ ਕਰਨਾ ਚਾਹੁੰਦੀ ਹੈ? ਜਿਹੜੀ ਗੱਲ ਕਰਨੀ ਮੇਰੇ ਨਾਲ ਕਰ, ਮੈਂ ਤੇਰੇ ਸਾਹਮਣੇ। ਬਸ ਉੱਠ ਜਾਓ, ਠਹਿਰ ਜਾ, ਉੱਠ ਜਾਓ, ਮੈਂ ਸਾਰੀ ਵਾਪਸ ਵੀ ਕਰਨੀ ਯਾਰ ਸੀ। ਅੱਛਾ ਅੱਬੂ ਜੀ ਹਾਂ, ਇਜਾਜ਼ਤ ਦੇ ਅੱਬੂ ਜੀ। ਦਿਲ ਤੇ ਨਹੀਂ ਕਰਦਾ ਲੇਕਿਨ ਜਾ। ਵੈਸੇ ਇਹ ਸੋਹਣੀ ਲੱਗ ਰਹੀ ਹੈ। ਹਾਂ ਅੱਬੂ ਜੀ ਬੜੀ ਮਿਹਰਬਾਨੀ, ਤੁਹਾਡੀ ਨਜ਼ਰ ਦਾ ਕਮਾਲ। ਅੱਬੂ ਜੀ ਜੀ ਵੈਸੇ ਤੁਸੀਂ ਬਹੁਤ ਪਿਆਰੇ ਹੋ। ਅੱਬੂ ਜੀ ਅੱਬੂ ਜੀ ਬੈਠੋ ਤੁਸੀਂ, ਫਿਰ ਬੈਠੋ, ਅਜ਼ਾਨ ਹੋ ਗਈ, ਹੋ ਛੱਡੋ, ਜਾਓ ਬੇਟਾ ਜਾਓ, ਬੱਚਾ ਕਾਲਾ ਪੈ ਗਿਆ। ਅੱਛਾ ਅੱਬੂ ਜੀ ਬਾ ਮੇਰੀਆਂ ਦੁਆਵਾਂ ਤੁਹਾਡੇ ਨਾਲ ਨੇ। ਬੜੀ ਮਿਹਰਬਾਨੀ ਅੱਬੂ ਜੀ। ਚਲੋ ਕਾਹਦੀਆਂ ਦੁਆਵਾਂ ਸੀ, ਬਾਰਡਰ ਤੇ ਚੱਲੇ? ਚਲ ਜਾ, ਚਲੋ ਕਿੱਥੇ, ਮੈਂ ਤੇ ਭੁੱਲ ਗਿਆ ਸੀ ਕਰਨਾ ਕੀ। ਤੂੰ ਚੱਲ, ਮੈਂ ਚੱਲ ਚੱਲ ਲੈਣਾ, ਮੈਂ ਤੇ ਨਹੀਂ ਨਾ ਭੁੱਲੀ। ਹਾਂ ਚਲੋ, ਜਿੱਥੋਂ ਭੁੱਲ ਜਾਓਗੇ ਪੁੱਤਰ ਮੈਂ ਆਉਣਾ। ਕੋ ਖਾਣਾ ਪੀਣਾ ਭੁੱਲ ਜਾ ਤੇ ਦੱਸ ਦੇਣਾ। ਚਲੋ ਅੱਬਾ ਇਧਰ ਆਵੇ ਕੋਈ ਨਾ। 10 ਮਿੰਟ ਠਹਿਰ ਕੇ ਆਈ। ਐਵੇਂ ਪੁਰਾਣੀਆਂ ਚੀਕਾਂ ਮੇਰੇ ਤੇ ਪਾਉਂਦੇ। ਓਏ ਰਾਲੀ ਆਪਣੀ ਤੇ ਪੈਸੇ ਖੋਏ ਨੇ ਨਾ। ਹਾਂਜੀ ਰਾਲੀ, ਉਹ ਤੇ ਚੀਕਾਂ ਮਾਰਨ ਵਾਲੀ ਪਾਰਟੀ ਨੇ। ਲਾਲਾ ਲੈ ਚੱਲਾ। ਹਾਂ ਪਹਿਲੇ ਤੈਨੂੰ ਐਸੇ ਕੰਮ ਲਿਜਾਂਦੇ ਸਨ, ਅੱਜ ਤੂੰ ਲੈ ਚੱਲਾ। ਅੱਬਾ ਹਾਂ, ਤੇਰੇ ਮੂੰਹ ਦੀ ਤਾਰੀਫ ਨਹੀਂ, ਖਾਨਦਾਨ ਕੰਜਰਾਂ ਦਾ ਹੀ ਹੈ। ਅੱਗੋਂ ਨੌ ਵੀ ਤਾਂ ਵੇਖ ਨਾ, ਉਹ ਕਿਹੜਾ ਸਮ ਸਮਝਾਣ ਆਈ ਏ। ਸਮਝ ਲਾ, 8-9 ਹੀ ਆ ਗਈ ਆ। ਡਾਰਲਿੰਗ ਮੈਂ ਆ ਰਹਾ ਹਾਂ। ਚਾਨੂ ਤੇ ਦੁਬਾਰਾ ਆ ਰਹੀ ਹੈ। ਚਾਨੂ ਛੇਤੀ ਆਓ, ਕਿਦੋਂ ਦਾ ਇੰਤਜ਼ਾਰ ਕਰਨ ਰਹੀ ਆ ਤੁਹਾਡਾ? ਬੱਚੀ ਤੇ ਮੈਂ ਤਿਆਰੀ ਕਰਕੇ ਬੈਠੀ ਆ। ਓਏ ਤੇ ਪੂਰਾ ਰੈਸਲਰ ਆ, ਆ ਜਾ ਪੱਖਾ ਵੀ ਠੀਕ ਕਰਨਾ। ਮੈਂ ਕੀ ਕਰ ਲਾਂ ਜੇ ਹੁਣ ਇਹਦੇ ਨਾਲ ਖੇਡਾਂਗਾ। ਅੱਛਾ ਚਲੋ ਜਾਓ, ਅਸੀਂ ਪੀਂਦੀ ਹੈ ਭਾਈ,
ਜਬੋਤੀ ਪੀਤੀ ਤੇ ਇੱਧਰ ਆ ਜਾਓ। ਮੈਂ ਪੀਤੀ ਖਰਾਬ ਨਹੀਂ ਕਰਨੀ। ਇਹਦਾ ਮਤਲਬ ਹੈ ਤੁਸੀਂ ਪੀਤੀ ਨੂੰ ਫੀਤੀ ਫੀਤੀ ਨਹੀਂ ਕਰਨਾ।